ਉਲਾਮਾ ਦਾ ਹੱਕ ਬਣਦਾ ਕਿ ਮਿੰਬਰ ਤੋਂ ਉਸ ਬੁਰਾਈ ਨੂੰ ਰੋਕਿਆ ਜਾਏ, ਮਨ੍ਹਾ ਕੀਤਾ ਜਾਏ। ਕੀ ਹੁੰਦਾ ਹੈ, ਇਹ 12 ਰਬੀਉਲ ਅਵਲ ਸ਼ਰੀਫ ਆਉਣ ਵਾਲੀ ਹੈ ਨਾ ਜੀ, ਇਹ ਸਾਡੇ ਬੱਚੇ ਪਹਾੜੀਆਂ ਬਣਾਉਂਦੇ ਨੇ। ਤੁਸੀਂ ਜ਼ਰਾ ਆਪਣੇ ਪਿੰਡਾਂ ਵਿੱਚ ਨਾ ਇਹਦਾ ਤਜਰਬਾ ਕਰਨਾ, ਮੇਰੀ ਗੱਲ 'ਤੇ ਗੌਰ ਕਰਨਾ, ਤਵੱਜੋ ਕਰਨੀ ਹੈ। ਪਹਾੜੀਆਂ ਬਣਾਈਆਂ ਜਾਂਦੀਆਂ ਨਾ ਪਿੰਡਾਂ ਥਾਵਾਂ ਦੇ ਵਿੱਚ, ਬੱਚੇ ਸਾਰੀ ਰਾਤ 11ਵੀਂ ਅਤੇ 12ਵੀਂ ਦੀ ਦਰਮਿਆਨੀ ਰਾਤ ਨੂੰ ਪਹਾੜੀਆਂ ਬਣਾਉਂਦੇ ਨੇ। ਬਣਾਉਂਦੇ ਨੇ ਕਿ ਨਹੀਂ ਬਣਾਉਂਦੇ? ਸਾਰੀ ਜ਼ਿੰਦਗੀ ਹੋ ਗਈ ਸਾਨੂੰ ਵੇਂਦੇ ਆ, ਤੁਹਾਨੂੰ ਵੀ। ਮੈਂ ਪਿਛਲੇ ਸਾਲ ਵੀ ਇਹ ਮਸਲਾ ਬਿਆਨ ਕੀਤਾ, ਐਤਕੀ ਫਿਰ ਯਾਦ ਦਿਹਾਨੀ ਵਾਸਤੇ ਬਿਆਨ ਪਿਆ ਕਰਨਾ ਕਿ ਪਹਾੜੀਆਂ ਬਣਾਉਣਾ, ਇੱਧਰ ਤਵੱਜੋ ਕਰੋ। ਫਿਰ ਪਹਾੜੀਆਂ ਦੇ ਅੰਦਰ ਕੀ ਕੀਤਾ ਜਾਂਦਾ, ਮਸਜਿਦ ਨਬਵੀ ਦਾ ਮਾਡਲ ਬਣਾਉਂਦੇ ਨੇ, ਕਾਬਾਤੁੱਲਾ ਦਾ ਮਾਡਲ ਬਣਾਉਂਦੇ ਨੇ, ਮੁਕੱਦਸ ਜਗ੍ਹਾ ਦਾ ਮਾਡਲ ਬਣਾ ਕੇ ਉਹ ਬੱਚੇ ਸਾਰੀ ਰਾਤ ਪਹਾੜੀਆਂ ਬਣਾ ਕੇ ਅਤੇ ਸੁਬਾਹ ਜਦੋਂ ਜਲੂਸ ਲੰਘ ਜਾਂਦਾ ਉਹਨੂੰ ਠੁੱਡੇ ਮਾਰ ਕੇ ਅਤੇ ਟਾ ਛੱਡਦੇ ਨੇ। ਇਹ ਬਹੁਤ ਵੱਡੀ ਬੇਅਦਬੀ ਹੈ। ਕੀ ਇਹ ਬਹੁਤ ਵੱਡੀ ਬੇਅਦਬੀ ਹੈ? ਪਹਾੜੀਆਂ ਬਣਾਉਣਾ ਇਸਲਾਮ ਦੇ ਅੰਦਰ ਕਿਤਲੇ ਨਹੀਂ ਲਿਖਿਆ ਵੀ ਤੁਸੀਂ ਪਹਾੜੀਆਂ ਬਣਾਓ। ਇਸਲਾਮ ਕਹਿੰਦਾ ਹੱਦ ਵਿੱਚ ਰਹਿ ਕੇ ਖੁਸ਼ੀ ਕਰ। ਪਹਾੜੀਆਂ ਬਣਾਉਣਾ ਇਸਲਾਮ ਦੇ ਅੰਦਰ ਕਿਤੇ ਲਿਖਿਆ? ਫਿਰ ਕਾਬਾਤੁੱਲਾ ਦੀ ਤੁਸੀਂ ਤਸ਼ਬੀਹ ਬਣਾ ਕੇ, ਤੁਸੀਂ ਮਾਡਲ ਬਣਾ ਕੇ ਅਤੇ ਸੁਬਾਹ ਢਾਂਦੇ ਹੋ, ਉਹ ਅੱਲਾ ਦੇ ਘਰ ਦਾ ਤੁਸੀਂ ਮਾਡਲ ਬਣਾਇਆ, ਤੁਸੀਂ ਕਿਤੇ ਮੁਜਰਮ ਬਣ ਗਏ ਹੋ, ਬੇਅਦਬੀ ਕੀਤੀ ਹੈ ਤੁਸਾਂ। ਤੁਸਾਂ ਰੋਜ਼ਾ ਰਸੂਲ ਬਣਾਇਆ, ਤੁਸੀਂ ਪਹਾੜੀਆਂ ਵੇਖੋ, ਰੋਜ਼ਾ ਰਸੂਲ ਬਣਾ ਛੱਡਿਆ, ਮਸਜਿਦ ਅਕਸਾ ਬਣਾ ਛੱਡੀ, ਫਲਾਣੀ ਮਸਜਿਦ ਬਣਾ ਛੱਡੀ, ਅਤੇ ਸੁਬਾਹ ਉਹੀ ਬੱਚੇ ਉਹਦੇ ਉੱਤੇ ਟੁਰਦੇ ਹੁੰਦੇ ਨੇ, ਬੇਅਦਬੀ ਕਰਦੇ ਹੁੰਦੇ ਨੇ। ਇਸ ਵਾਸਤੇ ਮਨ੍ਹਾ ਕਰੋ ਆਪਣੇ ਬੱਚਿਆਂ ਨੂੰ। ਪਤਾ ਨਹੀਂ ਕਿਹੜੇ ਬੰਦੇ ਨੇ ਸਾਡੀ ਨਸਲ ਨੂੰ ਇਸ ਪਾਸੇ ਲਾ ਛੱਡਿਆ ਵੀ ਤੁਸੀਂ ਸਾਰੀ ਰਾਤ ਡੈਗ ਲਾ ਕੇ ਅਤੇ ਪਹਾੜੀਆਂ ਬਣਾਉਂਦੇ ਰਹੋ। ਰਾਤ ਇਬਾਦਤ ਦੀ ਰਾਤ ਹੈ, ਰਾਤ ਕੁਰਾਨ ਪੜ੍ਹਨ ਦੀ ਰਾਤ ਹੈ। ਇਹ ਨਹੀਂ ਵੀ ਸੜਕਾਂ 'ਤੇ ਤੁਸੀਂ ਲੋਕਾਂ ਦੀਆਂ ਭੈਣਾਂ ਧੀਆਂ ਭੈਣਾਂ ਦੇ ਸਾਹਮਣੇ ਪਹਾੜੀਆਂ ਬਣਾ ਕੇ ਅਤੇ ਬਗੈਰਤੀ ਪੇ ਕਰਦੇ ਹੋ, ਲੋਕਾਂ ਦੀ ਧੀਆਂ ਭੈਣਾਂ ਨੂੰ ਝਾਤੀਆਂ ਮਾਰਦੇ ਪਿਓ ਜੀ, ਅਸੀਂ ਬੜੀ ਇਬਾਦਤ ਪੇ ਕਰਦੇ ਹਾਂ ਜੀ, ਅਸੀਂ ਰੱਬੀਉਲ ਅਵਲ ਦੀ ਖੁਸ਼ੀ ਮਨਾਉਂਦੇ ਪਏ ਹਾਂ। ਇਹ ਪਹਾੜੀਆਂ ਕਿਤੇ ਨਹੀਂ ਲਿਖਿਆ, ਕਿਸੇ ਕਿਤਾਬ ਅੰਦਰ ਨਹੀਂ ਲਿਖਿਆ, ਇਸਲਾਮ ਦੀ ਕਿਸੇ ਕੁਤਬ ਅੰਦਰ ਨਹੀਂ ਲਿਖਿਆ। ਫਿਰ ਵੱਡੀ ਬੇਅਦਬੀ ਜਿਹੜੀ ਕਾਬਾਤੁੱਲਾ ਦੇ ਤਸ਼ਬੀਹ ਬਣਾ ਕੇ ਮਾਡਲ ਬਣਾ ਕੇ ਮਸਜਿਦ ਨਬਵੀ ਦਾ, ਅਕਸਰ ਤੁਸੀਂ ਸਿਆਲਕੋਟ ਜਾਇਓ 12 ਰਬੀਉਲ ਅਵਲ ਤੁਹਾਡੇ ਸਾਹਮਣੇ ਹਰ ਚੀਜ਼ ਆ ਜਾਏਗੀ, ਬਣਾ ਕੇ ਅਤੇ ਸੁਬਾਹ ਉਹੀ ਮੁਸਲਮਾਨ ਉਹਨੂੰ ਬੈਠਾਉਂਦਾ। ਅਗਰ ਕੋਈ ਬੰਦਾ ਰੋਜ਼ਾ ਰਸੂਲ ਦੀ ਤਸਵੀਰ ਦੀ ਬੇਅਦਬੀ ਕਰੇ, ਤੁਸੀਂ ਬਰਦਾਸ਼ਤ ਕਰੋਗੇ? ਮੈਂ ਬਰਦਾਸ਼ਤ ਕਰਾਂਗਾ? ਕੋਈ ਗੈਰਤਮੰਦ ਬਰਦਾਸ਼ਤ ਕਰੇਗਾ? ਅਤੇ ਇਹ ਸਾਡੇ ਆਪਣੇ ਪੇ ਕਰਦੇ ਨੇ ਬੇਅਦਬੀਆਂ, ਇਹਨਾਂ ਨੂੰ ਕਿੰਨੇ ਰੋਕਣਾ, ਇਹਨਾਂ ਨੂੰ ਕਿੰਨੇ ਮਨ੍ਹਾ ਕਰਨਾ। ਜੇ ਕੋਈ ਆਖੇ ਵੀ ਨਾ ਮੈਂ ਪਹਾੜੀਆਂ ਬਣਾਉਣਾ, ਕਹਾਂ ਪੁੱਤਰ ਵੁਜ਼ੂ ਕਰਕੇ ਕੁਰਾਨ ਪੜ੍ਹ, ਪੁੱਤਰ ਵੁਜ਼ੂ ਕਰਕੇ ਤਸਬੀਹ ਲੈ ਅਤੇ ਨਬੀ ਪਾਕ ਦੇ ਦਰੂਦ ਪੜ੍ਹ। ਕਿੱਧਰ ਤੁਰ ਪਏ ਹੋ, ਕਿੱਧਰ ਨਸਲ ਲੱਗ ਗਈ? ਪਹਾੜੀਆਂ ਬਣਾਉਣਾ ਕਿਤੇ ਵੀ ਕਿਸੇ ਕਿਤਾਬ 'ਚ ਨਹੀਂ ਲਿਖਿਆ, ਸਾਰੀ ਰਾਤ ਨਾ ਫਜਰ ਪੜ੍ਹੀ ਨਾ ਇਸ਼ਾ ਪੜ੍ਹੀ, ਕੀ ਪੇ ਬਣਾਉਂਦੇ ਹੋ ਜੀ ਪਹਾੜੀਆਂ? ਇਸ ਵਾਸਤੇ ਬੇਅਦਬੀ ਹੈ, ਇਸ ਚੀਜ਼ ਤੋਂ ਮਨ੍ਹਾ ਕਰੋ, ਆਵਾਜ਼ ਉਠਾਓ। ਤੁਸਾਂ ਪਿੰਡਾਂ ਥਾਵਾਂ ਜਾਣਾ ਕਿਤੇ ਬਣਦੀ, ਉਹਨੂੰ ਕਹਿ ਯਾਰ ਕੀ ਕਰਨਾ ਪਿਆ, ਫਜ਼ੂਲ ਟਾਈਮ ਖਰਚ ਪਿਆ ਕਰਨਾ, ਇਹਦੇ ਨਾਲ ਬਿਹਤਰ ਹੈ ਕਿ ਤੂੰ ਦਰੂਦੇ ਪਾਕ ਪੜ੍ਹ, ਇਹਦੇ ਨਾਲ ਬਿਹਤਰ ਹੈ ਕਿਸੇ ਮਹਿਫਲ 'ਚ ਜਾ, ਤੇਰੇ 'ਤੇ ਕਰਮ ਹੋਵੇ, ਤੇਰੇ 'ਤੇ ਫਜ਼ਲ ਹੋਵੇ, ਤੇਰੇ 'ਤੇ ਮਿਹਰਬਾਨੀ ਹੋਵੇ, ਬਗੈਰ ਵੁਜ਼ੂ ਬਗੈਰ ਨਹਾਤੀਆਂ ਧੋਤੀਆਂ ਲੱਗੇ ਨੇ ਪਹਾੜੀਆਂ ਬਣਾਉਣ ਜੀ। ਇਸ ਵਾਸਤੇ ਇਸ ਚੀਜ਼ ਨੂੰ ਮਨ੍ਹਾ ਕਰੋ, ਇਸ ਦੇ ਖਿਲਾਫ਼ ਆਵਾਜ਼ ਉਠਾਓ। ਅਗਲਾ ਮਸਲਾ ਇਹਦੇ ਨਾਲ ਹੀ ਬੜਾ